ਦੀ ਇੱਥੇ ਅਮਰੀਕਾ ਕੈਨੇਡਾ ਜਾ ਕੇ ਵੇਖੋ 40-40 ਲੀਟਰ ਇੱਕ ਗਾਂ ਦੁੱਧ ਦਿੰਦੀ, 50 ਲੀਟਰ ਇੱਕ ਗਾਂ ਦੁੱਧ ਆਮ ਗਾਵਾਂ ਨੇ ਜੀ ਉੱਥੇ, ਆ ਅਮਰੀਕਨ ਜਿਹੜੀਆਂ ਆਪਣੇ ਫਿਰਦੀਆਂ ਡੱਬ ਖੜਦੀਆਂ ਇਹੋ ਜਿਹੀਆਂ ਗਾਵਾਂ 40-50 ਲੀਟਰ ਦੁੱਧ ਦਿੰਦੀਆਂ ਹੈ। ਲਾਈਨ 'ਚ ਲੱਗ ਕੇ ਆਪਣੇ ਆਪ ਆਉਂਦੀਆਂ ਨੇ, ਵਾਰੀ ਵਾਰੀ ਆਈ ਜਾਂਦੇ ਮਸ਼ੀਨਾਂ ਨਾਲ ਚੋਂਦੇ ਹੈ। ਮੈਂ ਖੁਦ ਗਾਵਾਂ ਨੂੰ ਤੁਰਦੀਆਂ ਨੂੰ ਵੇਖਿਆ, ਤੁਰਦੀਆਂ ਦੀਆਂ ਧਾਰਾਂ ਆਪਣੇ ਆਪ ਹੀ ਨਿਕਲਦੀਆਂ ਹੈ, ਇੰਨਾ ਦੁੱਧ ਹੁੰਦਾ ਹੈ। ਆ ਸਾਡੇ ਵਾਲੇ ਚਾੜ ਚਾੜ ਕੇ ਉੱਥੇ ਖੀਰ ਚਾੜ, ਉੱਥੇ ਦੁੱਧ ਚਾੜ, ਮਰਚੱਲੇ ਨੇ ਦੁੱਧ ਚਾੜ ਚਾੜ ਕੇ, ਫਿਰ ਇੱਕ ਨੇ ਸਿੰਗਾਂ ਤੋਂ ਫੜੀ ਹੁੰਦੀ ਗਾਂ, ਇੱਕ ਨੇ ਰੱਸਾ ਪੈਰਾਂ ਨੂੰ ਲੱਤਾਂ ਨੂੰ ਪਾਇਆ ਹੁੰਦਾ, ਇੱਕ ਨੂੜ ਪਾਇਆ ਹੁੰਦਾ, ਉਧਰੋਂ ਪਹਾੜਾ ਪਾਣਗੇ, ਟੀਕੇ ਲਾਣਗੇ, ਉਹ ਪਾਈਆ ਦੁੱਧ ਫੇਰ ਨਹੀਂ ਦਿੰਦੀ। ਕਰ ਲਓ ਪੀਰਾਂ ਦੀ ਸੇਵਾ। ਲੈ ਅਮਰੀਕਾ ਕੈਨੇਡਾ ਵਾਲਿਆਂ ਨੂੰ ਕਿਸੇ ਪੀਰ ਬਾਬੇ ਦਾ ਪਤਾ ਹੀ ਨਹੀਂ, ਉਹਨਾਂ ਦਾ ਕਮਾਲ ਦੀ ਗੱਲ ਹੈ। ਪੀਰ ਬਾਬੇ ਮਰ ਚੱਲੇ ਨੇ ਆਪਣੇ ਇੰਡੀਆ ਵਾਲੇ ਮੰਨਦੇ, ਬਖਸ਼ਿਸ਼ਾਂ ਉਹਨਾਂ ਤੇ ਕਰੀ ਜਾਂਦੇ ਨੇ ਬਾਹਰਲਿਆਂ ਦੇ, ਲਕਸ਼ਮੀ ਦੀ ਪੂਜਾ ਕਰਦੇ ਇੰਡੀਆ ਵਾਲੇ ਹੈ। ਮੈਂ ਕਹਿੰਦਾ ਵਰਦੀ ਉਹਨਾਂ ਤੇ ਜਾ ਕੇ, ਕਿਰਪਾ ਉਹਨਾਂ ਤੇ ਕਰੀ ਜਾਂਦੀ, ਹਾਲ ਨਹੀਂ ਹੈ ਸਾਡਾ। ਸੋਚੋਗੇ ਕਦੇ ਮੇਰੇ ਉਹ ਵੀਰੋ ਭਾਈ ਹੋ, ਕਦੇ ਇਹਦੇ ਦਿਮਾਗ 'ਚ ਵਰਤੋ। ਜੇ ਉਹ ਬੰਦੇ ਜਿਹੜੇ ਪੀਰਾਂ ਦੀਆਂ ਕਬਰਾਂ ਤੇ ਚੁੱਕ ਚੁੱਕ ਕੇ ਖੀਰਾਂ ਚੁੱਕੀ ਫਿਰਦੇ ਆ, ਕਿਤੇ ਇੱਦਾਂ ਬਹਿ ਜਾਂਦੇ ਵੀਰ ਭਰਾ ਕਿੱਥੇ ਹੋ ਗਏ, ਕੀ ਕਰੀਏ, ਕਿਹੜੀਆਂ ਚੌਕਰਾਂ, ਕਿਹੜੀ ਖਲ, ਕੀ ਬਣਾਈਏ, ਇਹੋ ਜਿਹਾ ਦੁੱਧ ਵਧੇ, ਇੱਦਾਂ ਦਿਮਾਗ ਨੂੰ ਖੁਰਚਦੇ ਮਾੜਾ ਮੋਟਾ ਮੱਥਾ, ਵਰਤਦੇ ਦਿਮਾਗ, ਕਾਢਾਂ ਕੱਢਦੇ ਨਵੀਆਂ ਨਵੀਆਂ, ਤੇ ਤੁਹਾਡੀਆਂ ਗਾਵਾਂ ਨੇ ਵੀ ਗੋਰਿਆਂ ਵਾਂਗੂ ਉੱਥੋਂ ਵਾਲੀਆਂ ਗਾਵਾਂ ਵਾਂਗੂ 40-40 ਲੀਟਰ ਦੁੱਧ ਦੇਣਾ ਸੀ। ਉਹ ਖੁਰਾਕਾਂ ਐਂ ਪਾਉਂਦੇ ਨੇ ਮਿਣ ਮਿਣ ਕੇ, ਹਰ ਚੀਜ਼ ਧਿਆਨ ਨਾਲ ਪਾਉਂਦੇ ਆ, ਉਹਨਾਂ ਨੇ ਨਵੀਂ ਟੈਕਨੋਲੋਜੀ ਲਿਆਂਦੀ ਹੈ, ਦਿਮਾਗ ਨੂੰ ਵਰਤ ਕੇ ਇਹਦੇ ਚੋਂ ਕੱਢਿਆ ਸਾਰਾ ਕੁਝ ਅਗਲਿਆਂ ਨੇ। ਸਾਡੇ ਵਾਲੇ ਇੱਧਰ ਨੂੰ ਤੁਰੇ ਫਿਰਦੇ ਰਹੇ, ਇਹਨੂੰ ਤੇ ਵਰਤਿਆ ਹੀ ਨਹੀਂ ਨਾ ਕਦੇ, ਇਹਨੂੰ ਤੇ ਡਿੱਟ ਕਰ ਲਿਆ ਸੀ, ਦਿਮਾਗ ਤੇ ਖੋਲਣ ਹੀ ਨਹੀਂ ਦਿੱਤਾ ਅਗਲਿਆਂ ਨੇ। ਬੰਦਾ ਚੱਕਰਾਂ 'ਚ ਪਾਈ ਫਿਰਦੇ ਨੇ, ਇੱਥੇ ਮੱਥਾ ਟੇਕ, ਉੱਥੇ ਟੇਕ, ਉੱਥੇ ਟੇਕ, ਉੱਥੇ ਟੇਕ, ਵਿਹਲਾ ਹੋਵੇ ਤੇ ਸੋਚੇ ਮਾੜਾ ਜਿਹਾ ਦਿਮਾਗ ਤੇ ਤਾਂ ਵਰਤੇ, ਜੇ ਵਿਹਲਾ ਛੱਡਣ, ਵਿਹਲਾ ਛੱਡਦੇ ਹੀ ਨਹੀਂ। ਤਾਂ ਕਰਕੇ ਭਾਈ ਇਹਨਾਂ ਗੱਲਾਂ, ਇਹ ਸਵਾਲ ਤੁਹਾਡੇ ਦਿਮਾਗ 'ਚ ਉੱਠਣੇ ਚਾਹੀਦੇ ਹੈ। ਜਦੋਂ ਸਵਾਲ ਉੱਠਣਗੇ ਫਿਰ ਤੁਸੀਂ ਹੱਲ ਵੱਲ ਵੀ ਤੁਰੋਗੇ ਵਿਧਾਨ ਸਭਾ।